ਮੁਕਤਸਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਰਾਜ ਭਰ ਦੇ ਜੂਨੀਅਰ ਇੰਜੀਨੀਅਰ ਤੇ ਡਿਪਲੋਮਾ ਹੋਲਡਰ ਕਰਮਚਾਰੀਆਂ ਵੱਲੋਂ ਐਕਸ਼ਨ ਦੇ ਅੜੀਅਲ ਰਵੱਈਏ ਤੋਂ ਨਾਰਾਜ਼ ਵਿਭਾਗ ਖਿਲਾਫ ਨਾਰੇਬਾਜ਼ੀ ਕੀਤੀ ਤੇ ਰੋਸ ਪ੍ਰਦਰਸ਼ਨ ਵੀ ਕੀਤਾ। ਪਾਣੀ ਦੀ ਸਪਲਾਈ ਹੈ ਸ਼ਹਿਰ ਦੀ, ਸੀਵਰੇਜ ਦੀ ਸਪਲਾਈ ਹੈ, ਇੱਕ ਪਾਸੇ ਤਾਂ ਜੇਈ ਤੇ ਐਸਡੀਓ ਦੇ ਵਿੱਚ ਲਗਾਤਾਰ ਪੀਸੇ ਜਾ ਰਹੇ ਆ ਔਰ ਨਪੀੜੇ ਜਾ ਰਹੇ ਆ ਔਰ ਦੂਜੇ ਪਾਸੇ ਜਲੀਲ ਹੋ ਰਹੇ ਇਹਨਾਂ ਅਧਿਕਾਰੀਆਂ ਦੇ ਪਾਸੋਂ। ਔਰ ਇਹ ਤੋਂ ਵੱਡੀ ਤਕਲੀਫ ਹੋਰ ਕੀ ਹੋ ਸਕਦੀ ਹੈ, ਫਿਰੋਜ਼ਪੁਰ ਦੇ ਅੰਦਰ ਉੱਥੋਂ ਦਾ ਇੱਕ ਮੁਲਾਜ਼ਮ ਜਿਹੜਾ ਸੀ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਉਹ ਘਰ ਛੱਡ ਕੇ ਚਲਾ ਗਿਆ, 8 ਦਿਨਾਂ ਦੇ ਬਾਅਦ ਜਿਹੜਾ ਹੈਗਾ ਘਰੇ ਵਾਪਸ ਆਇਆ, ਪੁਲਿਸ ਤੇ ਪ੍ਰਸ਼ਾਸਨ ਦੀ ਸਾਰੀ ਗੱਲ ਨੋਟਿਸ 'ਚ ਹੈ। ਜਦੋਂ ਇਹ ਸਾਰੀਆਂ ਗੱਲਾਂ ਪੰਜਾਬ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦੇ ਹਰ ਜਗ੍ਹਾ ਨੋਟਿਸ ਦੇ ਵਿੱਚ ਹੈ, ਫਿਰ ਇਸ ਅਧਿਕਾਰੀ ਦੇ ਖਿਲਾਫ਼ ਕੋਈ ਤਿੱਖਾ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ? ਰੋਸ ਧਰਨਾ ਸਾਡੇ ਐਕਸ਼ਨ ਆਰ ਕੇ ਗੁਪਤਾ ਉਹਨੇ ਖਿਲਾਫ਼ ਹੈਗਾ ਜੀ। ਇਹਨੇ ਮਤਲਬ ਬਹੁਤ ਜਿਹੜਾ ਹੈਗਾ ਸਾਡੇ ਬੰਦਿਆਂ ਨੂੰ, ਸਾਡੇ ਜੇਈ ਐਸਡੀਓ ਸਵਾਨ ਨੂੰ ਬਹੁਤ ਇਹਨੇ ਤੰਗ ਕੀਤਾ। ਜਿੱਥੇ ਜਿੱਥੇ ਵੀ ਰਹੇ ਨੇ ਤਕਰੀਬਨ ਪਿਛਲੇ 7 ਜਗ੍ਹਾ ਸਾਡੇ ਤੋਂ ਕੋਲ ਹੈਗਾ, ਹਰੇਕ ਜਗ੍ਹਾ ਨੇ ਮਤਲਬ ਜਿਹੜਾ ਹੈਗਾ ਇਹਨਾਂ ਨੇ ਕੋਈ ਨਾ ਕੋਈ ਪ੍ਰੋਬਲਮ ਖੜੀ ਕ੍ਰੀਏਟ ਕੀਤੀ, ਫਿਰ ਉੱਥੋਂ ਇਹਨਾਂ ਦੀ ਬਦਲੀ ਕੀਤੀ ਗਈ। ਉਸ ਵਰਕਿੰਗ ਦੇ ਵਿੱਚ ਜੋ ਉਹਨਾਂ ਨੇ ਔਂਕੜਾ ਦੱਸੀਆਂ ਹੈਗੀਆਂ ਉਹ ਮੈਮੋਰੈਂਡਮ ਜਿਹੜਾ ਹੈਗਾ ਉਹ ਅਸੀਂ ਅੱਗੇ ਭੇਜ ਦਾਂਗੇ। ਪਹਿਲੀ ਸ਼ਿਕਾਇਤ ਇਸ ਤੋਂ ਪਹਿਲਾਂ ਵੀ ਸ਼ਿਕਾਇਤ ਆਉਂਦੀ ਰਹੀ ਇਹਨਾਂ ਦੀ? ਨਹੀਂ, ਪਹਿਲਾਂ ਤੇ ਆਪਣੇ ਕੋਲ ਕੋਈ ਅਸੀਂ ਕਾਫੀ ਨਹੀਂ, ਉਹ ਫਿਰ ਪੁਰਾਣੇ ਕਿਸੇ ਸਟੇਸ਼ਨ 'ਚ ਹੋ ਸਕਦੀ ਹੈ, ਉਹ ਮੇਰੇ ਨੌਲੇਜ 'ਚ।